ਉਧਰ ਲੜਕੀਆਂ ਨੂੰ ਸਨਮਾਨ ਦੇਣ ਲਈ ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ 14ਵੇਂ ਲੋਹੜੀ ਮੇਲੇ ਦਾ ਆਯੋਜਨ ਖਾਲਸਾ ਹਾਈ ਸਕੂਲ ਵਿੱਚ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਵਧੀਆ ਪ੍ਰਾਪਤੀਆਂ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀਆਂ 51 ਹੋਣਹਾਰ ਲੜਕੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਾਜ਼ਰ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ ਵੱਖ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੱਭਿਆਚਾਰ ਚੇਤਨਾ ਮੰਚ ਵੱਲੋਂ ਸਨਮਾਨਿਤੀਆਂ ਨੇ ਵੀ ਮੰਚ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ਦਾ ਬਹੁਤ ਵਧੀਆ ਉਪਰਾਲਾ, ਜਿਸ ਨਾਲ ਹੋਰ ਧੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਨਾ ਮਿਲੇਗੀ। ਬਹੁਤ ਹੀ ਵਧੀਆ ਲੱਗ ਰਿਹਾ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ, ਉਸ ਤੋਂ ਬਾਅਦ ਇੱਕ ਬਹੁਤ ਵੱਡਾ ਸ਼ੁਕਰਾਨਾ ਹੈ ਸੱਭਿਆਚਾਰਕ ਚੇਤਨਾ ਮੰਚ ਮਾਨਸਾ ਦਾ, ਕਿਉਂਕਿ ਸਿਰਫ ਇਹ 51 ਧੀਆਂ ਦਾ ਸਨਮਾਨ ਨਹੀਂ, ਹਰ ਉਸ ਸੋਚ ਦਾ ਸਨਮਾਨ ਹੈ, ਹਰ ਉਸ ਸ਼ਖਸ ਦਾ ਸਨਮਾਨ ਹੈ ਜੋ ਕਿ ਆਪਣੀਆਂ ਬੇਟੀਆਂ ਨੂੰ ਪੁੱਤਾਂ ਵਾਂਗੂ ਪਾਲਦੇ ਨੇ ਅਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ। ਸੋ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਨਾਲ ਨਾਲ ਸਾਰਿਆਂ ਨੂੰ ਇਹ ਸੁਨੇਹਾ ਵੀ ਹੈ ਸਾਡੇ ਵੱਲੋਂ ਕਿ ਇਸੇ ਤਰ੍ਹਾਂ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਅੱਜ ਇਹ ਸਨਮਾਨਿਤ ਹੋਣ ਵਾਲੀਆਂ ਧੀਆਂ ਕਈ ਹੋਰ ਧੀਆਂ ਦੇ ਅੱਖਾਂ 'ਚ ਸੁਪਨੇ ਪੈਦਾ ਕਰ ਸਕਣ ਅਤੇ ਛੋਟੇ ਛੋਟੇ ਬੱਚੇ ਆਉਣ ਵਾਲੇ ਸਮੇਂ ਦੇ ਚਿਰਾਗ ਬਣ ਕੇ ਰੌਸ਼ਨ ਹੋਣ। ਅਤੇ ਇਸ ਸਨਮਾਨ ਲਈ ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਖੁਸ਼ੀ ਦੀ ਕੋਈ ਸੀਮਾ ਨਹੀਂ, ਕਿਉਂਕਿ ਜਦੋਂ ਆਪਣੇ ਘਰ ਆਪਣਾ ਮੁੱਲ ਪੈਂਦਾ ਉਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੁੰਦੀ। ਬਹੁਤ ਵਧੀਆ ਲੱਗ ਰਿਹਾ ਵੀ ਸਾਡਾ ਸਨਮਾਨ ਹੋਇਆ, ਪਲੇਟਫਾਰਮ ਵੀ ਬਹੁਤ ਵਧੀਆ। ਅਸੀਂ ਆਸ ਕਰਦੇ ਹਾਂ ਕਿ ਜਿਵੇਂ ਅੱਜ ਸਾਡਾ ਸਨਮਾਨ ਹੋਇਆ ਸਾਨੂੰ ਦੇ ਕੇ ਹੋਰ ਕੁੜੀਆਂ ਦਾ ਵੀ ਸਨਮਾਨ ਹੋਵੇ ਤਾਂ ਸਾਨੂੰ ਬਹੁਤ ਖੁਸ਼ੀ ਹੋਵੇ। ਮੈਨੂੰ ਇੱਥੇ ਖੜ੍ਹੇ ਹੋ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਸੱਭਿਆਚਾਰ ਚੇਤਨਾ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੀ ਨਵੀਂ ਪਨੀਰੀ ਨੂੰ ਇੱਥੇ ਮਾਨ ਸਨਮਾਨ ਦੇ ਕੇ ਮੇਰੇ ਵਰਗੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਨੂੰ ਪ੍ਰੇਰਨਾ ਦੇਣ ਦੇ ਲਈ ਇੱਕ ਬਹੁਤ ਵਧੀਆ ਮੌਕਾ ਦਿੱਤਾ। ਮੈਂ ਚਾਹੁੰਦੀ ਹਾਂ ਕਿ ਜਿਵੇਂ ਮੈਂ ਮਾਨਸਾ ਦਾ ਨਾਮ ਆਪਣੇ ਬੁਢਲਾਡਾ ਦਾ ਨਾਮ ਮੈਂ ਬੁਢਲਾਡੇ ਤੋਂ ਹਾਂ, ਮਾਨਸਾ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹਾਂ, ਕਿ ਜਿਵੇਂ ਮੈਂ ਉੱਥੇ ਮਾਣ ਵਧਾ ਕੇ ਆਈ ਹਾਂ ਆਪਣੇ ਮਾਨਸਾ ਜ਼ਿਲ੍ਹੇ ਦਾ, ਆਪਣੇ ਬੁਢਲਾਡਾ ਦਾ, ਉਸੇ ਤਰੀਕੇ ਨਾਲ ਮੇਰੇ ਨਾਲ ਦੀਆਂ ਮੇਰੀਆਂ ਭੈਣਾਂ, ਮੇਰੀਆਂ ਸਹੇਲੀਆਂ, ਸਾਰੀਆਂ ਕੁੜੀਆਂ ਮੇਰੇ ਤੋਂ ਪ੍ਰੇਰਨਾ ਲੈ ਕੇ ਬਹੁਤ ਹੀ ਵੱਡੇ ਪੱਧਰ 'ਤੇ ਸਾਡੇ ਮਾਨਸਾ ਦਾ, ਸਾਡੇ ਪੰਜਾਬ ਦਾ ਨਾਂ ਰੋਸ਼ਨ ਕਰਨ। ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ 14ਵੇਂ ਲੋਹੜੀ ਮੇਲੇ 'ਤੇ ਵੱਖ ਵੱਖ ਖੇਤਰਾਂ 'ਚੋਂ ਜਿਹੜੀਆਂ ਬੱਚੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, 51 ਧੀਆਂ ਨੂੰ ਸਨਮਾਨਿਤ ਕਰ ਰਹੇ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਲੜਕੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।